ਇਸ਼ਕ ਇਸ਼ਕ ਤਾਂ ਦੁਨੀਆ ਕਰਦੀ ਬੜੀ ਦੂਰ ਇਸ਼ਕ ਦਾ ਡੇਰਾ ਉਹ ਸੱਚੇ ਦਿਲੋਂ ਇਬਾਦਤ ਕਰੀਏ ਸਹਿਬਾਜ ਪੁਰੀਏ ਹੁੰਦਾ ਇੱਕੋ ਹੀ ਯਾਰ ਬਥੇਰਾ ਮੈਂ ਆਸ਼ਕ ਪੀਰਾ ਤੇਰਾ ਤੇਰੀ ਯਾਦ ਚ ਰਾਤਾਂ ਜਾਗਦਾ ਮੈਂ ਆਸ਼ਕ ਪੀਰਾ ਤੇਰਾ ਤੇਰੀ ਯਾਦ ਚ ਰਾਤਾਂ ਜਾਗਦਾ ਤੇਰੇ ਦਰ ਤੋਂ ਚੋਲੀਆਂ ਭਰਨੇ ਨੂੰ
ਪ੍ਰੇਮ ਪੁਜਾਰੀ, ਮਾਹੀ ਪ੍ਰਿਆ ਤੇਰਾ ਪ੍ਰੇਮ ਪੁਜਾਰੀ, ਬਸ ਤੇਰਾ ਹੀ ਨਾਮ ਪੁਕਾਰਦਾ ਮੈਂ ਆਸ਼ਕ ਪ੍ਰਿਆ ਤੇਰਾ, ਤੇਰੀ ਯਾਦ ਚ ਰਾਤਾਂ ਜਾਗਦਾ ਮੈਂ ਆਸ਼ਕ ਪ੍ਰਿਆ ਤੇਰਾ, ਤੇਰੀ ਯਾਦ ਚ ਰਾਤਾਂ ਜਾਗਦਾ, ਕਿਤੇ ਮਿਲ ਜਾਇਆ ਤੇ ਵੱਜੜੇ ਨੂੰ ਜਗ ਚੰਦਰਾ ਤਾਂਦੇ ਮਾਰਦਾ, ਮਿਲ ਜਾਇਆ ਤੇ ਵੱਜੜੇ ਨੂੰ ਜਗ ਚੰਦਰਾ ਤਾਂਦੇ ਮਾਰਦਾ, ਮੈਂ ਆਸ਼ਕ ਪ੍ਰਿਆ ਤੇਰਾ, ਤੇਰੀ ਯਾਦ ਚ ਰਾਤਾਂ ਜਾਗਦਾ। ਨੂਰ ਅੱਜ
ਜੰਨਤ ਦੇ ਰਸਤੇ ਜਾ ਕੇ ਮਿਲ ਲੋ ਬੇਪਰਵਾਹੇ ਨੂੰ, ਮਿਲ ਲੋ ਬੇਪਰਵਾਹੇ ਨੂੰ, ਚੱਲ ਚੱਲੀਏ ਪੀਰ
ਮੇਰੇ ਵੱਲੋਂ ਤੇ ਇਸ ਪਰਿਵਾਰ ਵੱਲੋਂ ਬਹੁਤ ਬਹੁਤ ਪੀਰਾਂ ਦੇ ਪਟਾਰੇ ਦੀਆਂ ਵਧਾਈਆਂ। ਸੋ ਅੱਜ ਜੰਗਲ 'ਚ ਮੰਗਲ ਲਗਾਇਆ ਹੋਇਆ ਭਗਤਾਂ ਨੇ, ਜਿਵੇਂ ਕਹਿ ਦਿੰਦੇ ਆ ਜੰਗਲ 'ਚ ਮੰਗਲ ਲਾ ਦਿੰਦੇ ਜਦੋਂ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈਂਦਾ ਇਹ ਕੀਤਾ ਅਰਦਾਸਾ ਸੰਤਾਂ ਦਾ। ਹਰ ਕੋਈ ਚਾਹਤ ਹਰ ਚਾਹਤ ਮਨ ਦੀ ਕਰੇ ਪੂਰੀ, ਹੋਵੇ ਪਰਵਾਸਾ ਸੰਤਾਂ ਦਾ, ਜਿਹੜਾ ਉਹ ਵੰਸ਼ ਦੀਆਂ ਪੱਟ ਦਿੰਦੇ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ। ਸੋ ਅੱਜ ਇਟਲੀ ਦੇ ਵਿੱਚ ਪੀਰਾਂ ਦੇ ਭਗਤਾਂ ਨੇ ਬਾਬਾ ਰੌਣਕ ਲਾਈ ਹੋਈ ਆ, ਜੋ ਅੱਜ ਸਖੀ ਸੁਲਤਾਨ ਲਖਤਾ ਦਾ ਲਾਲਾ ਜੀ ਦੇ ਪੜਾਰੇ ਦੇ ਉੱਤੇ ਆਈ ਹੋਈ ਸੰਗਤ ਨੂੰ ਬੁਲਾਇਆ। ਸੋ ਸਾਡੇ ਵੀਰ ਸੁੱਖਾ ਜੀ ਕਾਰਪੀ ਵਾਲੇ ਅਤੇ ਢੋਲਕੀ ਅਤੇ ਗੋਰਾ ਜੀ ਸਾਥ ਦੇਣਗੇ। ਸੋ ਪੀਰਾ ਜੀ ਦੀ ਪੇੜ ਸੁਣਾਉਣਗੇ ਸਾਡੇ ਵੀਰ ਸੁੱਖਾ ਜੀ ਕਾਰਪੀ ਵਾਲੇ। ਵੀਰ ਸੰਗਤ ਸਟੂਡੀਓ ਬੜੀ ਸ਼ਰਧਾ ਦੇ ਨਾਲ ਹਮੇਸ਼ਾ ਹੀ ਸੇਵਾ ਕਰਦਾ ਹੈ ਅਤੇ ਔਰ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਸੋਨ ਪਰਿਵਾਰ ਨੂੰ, ਜਿਨ੍ਹਾਂ ਨੇ ਪੀਰਾਂ ਦੇ ਦਰ 'ਤੇ ਸਾਨੂੰ ਵੀ ਬੁਲਾਵਾ ਦੇ ਕੇ ਬੁਲਾਇਆ ਹੈ, ਕਿਉਂਕਿ ਇਹਨਾਂ ਦਾ ਪਿਆਰ ਇਹਨਾਂ ਦਾ ਸਨੇਹ ਇਸ ਪਰਿਵਾਰ ਦਾ, ਬੜੀਆਂ ਬੜੀਆਂ ਸੱਚੇ ਸੁੱਚੇ ਰੂਹਾਂ ਇੱਥੇ ਪਹੁੰਚੀਆਂ ਹੋਈਆਂ ਨੇ। ਜਿਵੇਂ ਜੈ ਵੈਸ਼ਨੋ ਮਾਤਾ ਮੰਦਰ ਦੇ ਚੇਅਰਮੈਨ ਰਾਜਕੁਮਾਰ ਜੀ ਹੁਣੇ ਬੋਲ ਕੇ ਗਏ ਨੇ ਅਤੇ ਪ੍ਰਧਾਨ ਧਰਮਿੰਦਰ ਸੈਣੀ ਜੀ ਔਰ ਉਹਨਾਂ ਦੇ ਬ੍ਰਦਰ ਔਰ ਪਰਿਵਾਰ ਸਾਰਾ, ਜਿੱਥੇ ਵੀ ਰੱਬ ਦਾ ਨਾਂ ਦੀ ਬੰਦਗੀ ਜਾਂ ਸਾਧਨਾ ਜਾਂ ਉਹਦੀਆਂ ਗੱਲਾਂ ਹੁੰਦੀਆਂ ਹੁਣ ਉੱਥੇ ਧਰਮਿੰਦਰ ਪਰਿਵਾਰ ਜ਼ਰੂਰ ਪਹੁੰਚਿਆ ਹੁੰਦਾ ਹੈ। ਨਾਲ ਹੀ ਇੱਥੋਂ ਦੇ ਚੇਅਰਮੈਨ ਜਿਨ੍ਹਾਂ ਦੀ ਨਿਗਰਾਨੀ ਹੇਠ ਆਪਾਂ ਸਾਰੇ ਹੀ ਨੋਵੇਲਾਰ ਦੇ ਵਿੱਚ ਬੜੇ ਹੀ ਆਪਸੀ ਪ੍ਰੇਮ ਪਿਆਰ ਨਾਲ ਮੰਦਰ ਵੀ ਚਲਾ ਰਹੇ ਹਾਂ। ਆਪਣੀਆਂ ਜੋ ਬਜ਼ੁਰਗਾਂ ਦੇ ਦਿੱਤੇ ਚਾਨੇ ਪੂਨੇ 'ਤੇ ਚੱਲਦੇ ਹੋਏ ਆਪਾਂ ਆਪਣੇ ਬਜ਼ੁਰਗਾਂ ਨੂੰ ਵੀ ਮਨਾਉਂਦੇ ਹਾਂ, ਕਿਉਂਕਿ ਹਰ ਘਰ ਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਜਗ੍ਹਾ ਬਣੀ ਹੁੰਦੀ ਹੈ। ਇਸੇ ਤਰ੍ਹਾਂ ਇਹ ਸੋਨੂ ਪਰਿਵਾਰ ਜੀ ਜਿਨ੍ਹਾਂ ਨੇ ਪੀਰਾਂ ਦੇ ਦਰ ਜੁੜੇ ਹੋਏ ਨੇ ਬੜੇ ਚਿਰ ਤੋਂ, ਅੱਜ ਦੂਸਰੀ ਵਾਰ ਇਹ ਮੌਕਾ ਮਿਲਿਆ ਹੈ ਉਹਨਾਂ ਦੇ ਦਰ 'ਤੇ ਚੌਖੜ 'ਤੇ ਆ ਕੇ ਸਜਦਾ ਕਰਨ ਦੀ। ਬੁਲਾਰਾ ਨਹੀਂ ਕੋਈ ਕਲਾਕਾਰ ਨਹੀਂ, ਆਪ ਸਾਰਿਆਂ ਦੇ ਵਿੱਚੋਂ ਹੀ ਹਮੇਸ਼ਾ ਹੀ ਆਪ ਸਾਰਿਆਂ ਦੇ ਵਿੱਚ ਹੀ ਰਹਿੰਦਾ ਹਾਂ, ਬਸ ਦੋ ਬੋਲ ਬੋਲਣ ਦਾ ਚੱਜ ਮਿਲਿਆ ਹੈ ਆਪ ਸਾਰਿਆਂ ਤੋਂ ਸਿੱਖ ਕੇ, ਤਦ ਹੀ ਮੌਕਾ ਮਿਲ ਜਾਂਦਾ ਹੈ ਮੋਹਰੇ ਹੋ ਕੇ ਚੱਲਣ ਦਾ। ਅਤੇ ਅੱਜ ਪੀਰਾਂ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਖੁਸ਼ੀਆਂ ਮਨਾਉਣੀਆਂ ਆਪਾਂ ਸਾਰਿਆਂ ਨੇ, ਕੋਈ ਗਾ ਕੇ ਕੋਈ ਨੱਚ ਕੇ ਕੋਈ ਟੱਪ ਕੇ ਕੋਈ ਬੋਲ ਕੇ ਮਨਾਉਂਦਾ ਜ਼ਰੂਰ ਹੈ, ਕਿਉਂਕਿ ਅਸੀਂ ਸਾਰੇ ਹੀ ਬੜੇ ਹੀ ਇੱਕ ਮੋਮ ਦੀ ਤਰ੍ਹਾਂ ਹੁੰਦੇ ਹਾਂ। ਕਿਤੇ ਵੀ ਕੋਈ ਇੱਟ ਲੱਗੀ ਹੋਵੇ ਤਾਂ ਆਪਾਂ ਉੱਥੇ ਉਸਨੂੰ ਸਜਦਾ ਕਰਕੇ ਅੱਗੇ ਨਿਕਲਦੇ ਹਾਂ, ਉਹਨਾਂ ਵਿੱਚੋਂ ਆਪਾਂ ਸਾਰੇ ਹੀ ਹਾਂ। ਇਸੇ ਕਰਕੇ ਆਪਾਂ ਅੱਜ ਇਕੱਠੇ ਹੋਏ ਹਾਂ ਅਤੇ ਆਓ ਪੀਰਾਂ ਦਾ ਆਸ਼ੀਰਵਾਦ। ਅੱਜ ਇਹਨਾਂ ਦੇ ਭੰਡਾਰੇ ਦਾ ਵੀ ਟੁੱਟ ਚੱਲ ਰਿਹਾ ਹੈ, ਸਾਰਿਆਂ ਨੇ ਚਾਹ ਵੀ ਛਕ ਲਈ ਹੋਵੇਗੀ ਔਰ ਜਿਹੜੇ ਨਵੇਂ ਆ ਰਹੇ ਉਹ ਵੀ ਛਕਣਗੇ। ਬਹੁਤ ਹੀ ਖੁਸ਼ੀਆਂ ਦੇ ਨਾਲ ਸੋਨੂੰ ਪਰਿਵਾਰ ਵੱਲੋਂ ਆਓ ਭਗਤ ਕੀਤੀ ਜਾ ਰਹੀ ਹੈ। ਉਹਨਾਂ ਦੇ ਪਰਿਵਾਰ ਸੇਵਾਦਾਰ ਬੜੇ ਹੀ ਬੁਲਾ ਬੁਲਾ ਕੇ ਸਭ ਨੂੰ ਲੰਗਰ ਛਕਾ ਰਹੇ ਨੇ ਔਰ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਸਾਰਿਆਂ ਨੂੰ ਮੁਬਾਰਕਾਂ ਸੋਨੂ ਜੀ ਨੂੰ ਅਤੇ ਸੋਨੂ ਜੀ ਦੇ ਪਰਿਵਾਰ ਨੂੰ। ਹਮੇਸ਼ਾ ਹੀ ਪ੍ਰਭੂ ਜੀ ਔਰ ਮੇਰਾ ਪੀਰ ਲੱਖਾਂ ਦਾ ਜਿਵੇਂ ਕਹਿੰਦੇ ਨੇ
ਲਾਲਾਂ ਦਾ ਪੀਰ, ਲੱਖਾਂ ਦਾ ਲੱਖ ਬਣਾਉਣ ਵਾਲਾ ਪੀਰ, ਨਿਗਾਹੇ ਵਾਲਾ ਲੱਖਾਂ ਦਾ ਦਾਤਾ, ਉਹ ਇਹਨਾਂ ਨੂੰ ਹਮੇਸ਼ਾ ਹੀ ਆਪਣੇ ਛਤਰਛਾਏ ਹੇਠ ਰੱਖਦਾ ਹੈ। ਬੜੀ ਹੀ ਸ਼ਰਧਾ ਦੇ ਨਾਲ ਸੇਵਾ ਕਰਦੇ ਨੇ, ਬੜੀ ਹੀ ਸ਼ਰਧਾ ਨਾਲ ਇਹਨਾਂ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ। ਸੋ ਪ੍ਰਭੂ ਜੀ ਹਮੇਸ਼ਾ ਬਣਾਈ ਰੱਖਣ, ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ। ਆਓ ਜੀ ਗੱਲ ਪੀਰਾਂ ਦੀ ਮੈਂ ਕੀ ਦੱਸਾਂ, ਬੜਾ ਕਰਮ ਮੇਰੀ ਸਰਕਾਰ ਦਾ ਏ, ਜੋ ਲੱਖ ਦਾਤੇ ਦਾ ਬਣ ਜਾਵੇ ਨਾ ਕਿਸੇ ਮੈਦਾਨ ਹਾਰਦਾ ਏ, ਮੇਰਾ ਪੀਰ ਨਿਗਾਹੇ ਵਾਲਾ ਤਾਂ ਸਭ ਵਿਗੜੇ ਕੰਮ ਸਵਾਰਦਾ ਏ। ਹੋਲਾ ਬਾਬੇ ਦੇ ਨਾਂ ਜਿੰਦੀ ਆਪਣੀ, ਜਿਹੜਾ ਡੁੱਬੀਆਂ ਬੇੜੀਆਂ ਤਾਰਦਾ ਏ, ਜਿਹੜਾ ਡੁੱਬੀਆਂ ਬੇੜੀਆਂ ਤਾਰਦਾ ਏ। ਜਗਾਰਾ ਪੀਰਾਂ ਦਾ ਬੋਲ ਸੱਚੇ ਦਰਬਾਰ ਕੀ। ਆਓ ਜੀ ਤੰਨਾ ਜੋੜਦੇ ਹਾਂ, ਗਣੇਸ਼ ਮੰਦਰ ਰਾਹੀਂ ਦੋ ਬੋਲ, ਜੋ ਜੋ ਉਸ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ ਪਰਮੇਸ਼ਵਰ ਤੋਂ, ਤਦ ਹੀ ਆਪਾਂ ਅੱਗੇ ਵੱਧਦੇ ਹਾਂ। ਆਓ ਜੀ ਜਕਾਰਾ ਸੱਚੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ। ਹੇ ਭਾਈ ਜਗਦੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾਈ, ਜਕਾਰਾ ਪੀਰ ਨਿਗਾਹੇ ਵਾਲੇ ਦਾ ਬੋਲ ਸਾਚੇ ਦਰਬਾਰ ਕੀ ਜੈ। ਪ੍ਰਥਮੇ ਗਣਪਤੀ ਦੇਵ ਮਨਾਏ, ਪ੍ਰਥਮੇ ਗਣਪਤੀ ਦੇਵ ਮਨਾਏ, ਮਨਵਾ ਚਿਤ ਫਲਇਨ ਸੇ ਪਾਏ, ਮਨਵਾ ਚਿਤ ਫਲਇਨ ਸੇ ਪਾਏ, ਪ੍ਰਥਮੇ ਗਣਪਤਿ ਦੇਵ ਮਨਾਏ, ਪ੍ਰਥਮੇ ਗਣਪਤਿ ਦੇਵ ਮਨਾਏ, ਮਾਤਾ ਇਨ ਕੀ ਪਾਰਵਤੀ ਹੈ, 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 ਇਨਕੇ ਪਿਤਾ ਮਹੇਸ਼ ਮਨਾਏ, ਇਨਕੇ ਪਿਤਾ ਮਹੇਸ਼ ਮਨਾਏ, ਓ ਇਨਕੇ ਪਿਤਾ ਮਹੇਸ਼ ਮਨਾਏ, ਇਨਕੇ ਪਿਤਾ ਮਹੇਸ਼ ਮਨਾਏ, ਪ੍ਰਥਮੇ ਗਣਪਤਿ ਦੇਵ ਮਨਾਏ, ਪ੍ਰਥਮੇ ਗਣਪਤਿ ਦੇਵ ਮਨਾਏ, ਇਨਕੀ ਕਿਰਪਾ ਸਕਲ ਜਗਤ ਪਰ, ਇਨਕੀ ਪਿਤਾ ਮਹੇਸ਼ ਮਨਾਏ, ਇਨਕੇ ਪਿਤਾ ਮਹੇਸ਼ ਮਨਾਏ, ਪ੍ਰਥਮੇ ਗਣਪਤਿ ਦੇਵ ਮਨਾਏ, ਪ੍ਰਥਮੇ ਗਣਪਤਿ ਦੇਵ ਮਨਾਏ। ਜਕਾਰਾ ਗਣਪਤੀ ਮਹਾਰਾਜ ਜੀ ਦਾ ਬਹੁਤ ਸੱਚੇ ਦਰਬਾਰ ਕੇ ਜੈ। ਬਹੁਤ ਹੀ ਅੱਛੀ ਆਵਾਜ਼ ਦੇ ਵਾਲਕ ਸੁੱਖਾ ਜੀ ਕਾਰਪੀ ਤੋਂ ਅਸੀਂ ਇਕੱਠੇ ਕਿਸ ਟਾਈਮ ਤੇ ਅਭੀ ਅਰਸਾ ਹੋ ਗਿਆ ਤੇ ਇਕੱਠੇ ਕੀਰਤਨ ਕਰਦੇ ਹੁੰਦੇ ਸੀ, ਤੇ ਹੌਲੀ ਹੌਲੀ ਹੁਣ ਇਹਨਾਂ ਦੀਆਂ ਯੂਟਿਊਬ 'ਤੇ ਵੀ ਕਾਫੀ ਭਜਨ ਆਏ ਆ, ਬਹੁਤ ਹੀ ਅੱਛੀ ਬੰਦਰਾਂ ਗਾਉਂਦੇ ਆ। ਅਤੇ ਗੋਰਾ ਜੀ ਸਾਡੇ ਇਹ ਵੀ ਬਹੁਤ ਅੱਛੀ ਆਵਾਜ਼ ਦੇ ਮਾਲਕ ਆ,
ਅਤੇ ਢੋਲਕੀ ਵਜਾਉਂਦੇ ਹਾਂ ਅਤੇ ਪਰਮਾਤਮਾ ਇਹਨਾਂ 'ਤੇ ਹਮੇਸ਼ਾ ਹੀ ਮਿਹਰ ਭਰੇ ਹੱਥ ਰੱਖੇ। ਔਰ ਸਾਡੇ ਸੋਨੂ ਜੀ ਜਿਨ੍ਹਾਂ ਦਾ ਅੱਜ ਘਰ ਪ੍ਰੋਗਰਾਮ ਆ ਬਾਬਾ ਜੀ ਦਾ, ਇਹ ਵੀ ਬਹੁਤ ਹੀ ਵੱਡਾ ਜਿਹੜਾ ਆਪਾਂ ਪਰਮਾਤਮਾ ਦਾ ਨਾਮ ਆਪਣੇ ਇੱਥੇ ਵਿਦੇਸ਼ ਦੇ ਵਿੱਚ ਉਹਨਾਂ ਨੂੰ ਯਾਦ ਰੱਖਦੇ ਹਾਂ। ਪਰਮਾਤਮਾ ਇਹਨਾਂ 'ਤੇ ਮਿਹਰ ਰੱਖੇ ਔਰ ਬਹੁਤ ਵੱਡੀ ਗੱਲ ਆ ਅਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਵਿਦੇਸ਼ ਦੇ ਵਿੱਚ ਵੀ ਆਪਣੇ ਬਾਬਾ ਜੀ ਦਾ, ਮਹਾਮਾਈ ਜੀ ਦਾ ਉਹਨਾਂ ਨੂੰ ਯਾਦ ਰੱਖਦੇ ਹਾਂ। ਜੈ ਮਾਤਾ ਦੀ ਸਾਰਿਆਂ ਨੂੰ, ਰਾਧੇ ਰਾਧੇ, ਜੈ ਬਾਬਾ ਜੀ, ਜੈ ਬਾਬਿਆ। ਭੇਜਾ ਕਿਧਰੇ ਤੂੰ ਜਾਵੀ ਨਾ, ਪੀਰਾਂ ਦੇ ਦਰ ਤੇ ਭੇਜਾ, ਕਿਧਰੇ ਤੂੰ ਜਾਵੀ ਨਾ, ਪੀਰਾਂ ਦੇ ਦਰ ਤੇ ਭੇਜਾ, ਕਿਧਰੇ ਤੂੰ ਜਾਵੀ ਨਾ, ਸਾਈਆਂ ਦੇ ਦਰ ਤੇ ਭੇਜਾ, ਕਿਧਰੇ ਤੂੰ ਜਾਵੀ ਨਾ, ਪੀਰਾਂ ਦੇ ਦਰ ਤੇ ਭੇਜਾ, ਕਿਧਰੇ ਤੂੰ ਜਾਵੀ ਨਾ, ਪੀਰਾਂ ਦੇ ਦਰ ਤੇ ਭੇਜਾ, ਕਿਧਰੇ ਤੂੰ ਜਾਵੀ ਨਾ, ਪੀਰ ਤੈਨੂੰ ਡੁੱਬਣ ਨੀ ਦਿੰਦੇ, ਸਾਈ ਤੈਨੂੰ ਡੁੱਬਣ ਨੀ ਦਿੰਦੇ, ਭਗਤਾਂ ਕਬਰਾਂ ਵੀ ਨਾ, ਪੀਰਾਂ ਦੇ ਦਰ ਤੇ ਬਹਿ ਜਾ, ਕਿਧਰੇ ਤੂੰ ਜਾਵੀ ਨਾ, ਪੀਰ ਤੈਨੂੰ ਡੁੱਬਣ ਨੀ ਦਿੰਦੇ।